ਹਾਂ ਜਦੋਂ ਤੇਰਾ ਫੋਨ ਆਇਆ ਨਾ ਮੈਂ ਉਦੋਂ ਮੁਕਤਸਰ ਗਿਆ ਹੋਇਆ ਸੀ, ਮੇਰੇ ਸਾਲੇ ਨੂੰ ਸਾਰਿਆਂ ਨੂੰ ਹੀ ਕਰੋਨਾ ਹੋਇਆ ਵੇ। ਅੱਛਾ ਹਾਂ ਉੱਥੇ ਸੀ, ਤਾਂ ਹੀ ਫੋਨ ਚੁੱਕਿਆ, ਹੁਣ ਆ ਕੇ ਖੜਾ ਹੀ ਹਾਂ ਸਰ। ਅੱਛਾ ਕੱਲ੍ਹ ਜੀ, ਜਾਂਦਾ ਸੁਬਹਾ 10 ਵਜੇ ਤੇ ਉੱਥੇ ਸੀ। ਅੱਛਾ, ਹਾਂ ਉਹ ਕਾਫੀ ਨਾ, ਮੇਰਾ ਜਿਹੜਾ ਫਾਦਰ ਇਨ ਲਾ ਹੈ ਘਾਇਆ ਸਾਰਾ, ਉਹ ਕਾਫੀ ਵਿਚਾਰਾ ਜ਼ਿਆਦਾ ਢਿੱਲਾ। ਅੱਛਾ, ਹਾਂਜੀ, ਤਾਂ ਨਹੀਂ ਉਹ ਤਾਂ ਉੱਧਰ ਲੱਗੇ ਪਏ। ਠੀਕ ਹੈ, ਠੀਕ। ਕਰਾਉਣਾ ਮੇਰਾ ਤੇਰਾ ਵੀ ਕੁਛ ਨਾ ਕੁਛ ਹੱਲ ਕਰਾਉਣਾ। ਨਹੀਂ, ਕੱਲ ਨੂੰ ਆ ਰਹੇ ਮੇਰੇ ਸਾਡੇ ਪਿੰਡ? ਅੱਛਾ, ਹਾਂ ਸੱਚ, ਤੂੰ ਵੀ ਉੱਧਰ ਹੀ ਜਾ ਰਿਹਾ ਨਾ, ਮੈਨੂੰ ਫੋਨ ਆਇਆ ਸੀ। ਫਿਰ ਤੂੰ ਐਂ ਕਰ, ਹਾਂਜੀ, ਫਿਰ ਤੂੰ 6 ਵਜੇ ਤਿਆਰ ਹੋ। 6 ਵਜੇ? ਹਾਂ 6 ਵਜੇ, ਅੱਛਾ, ਠੀਕ ਹੈ 6 ਵਜੇ ਫਿਰ ਮੈਂ ਤੇਰੀ ਵੀਡੀਓ ਬਣਵਾ ਕੇ ਦਿੰਦਾ ਕਹਿ ਕੇ ਬਾਬਾ ਜੀ। ਤੁਸੀਂ ਕੰਮ ਕਰਿਓ ਭਾਜੀ, ਮੈਨੂੰ ਸੰਡੇ ਭਾਜੀ ਫੋਨ ਕਰ ਦਿਓ, ਹੈਂ ਸਾਡੇ ਭਾਜੀ ਕਿਹੜੇ, ਸਾਡੇ ਭਾਜੀ ਫੋਨ ਕਰ ਦਿਓ, ਸਵੇਰੇ 6:30 ਵਜੇ। ਸਾਡੇ ਭਾਜੀ। ਹਾਂ ਹਾਂ ਕਰ ਦੂੰ ਕਰ ਦੂੰ, ਠੀਕ ਹੈ, ਮੈਂ ਠੀਕ ਹੈ। ਨਾ ਹੋ ਗਿਆ, ਤਿਆਰ ਹੋ ਗਿਆ, ਉੱਥੇ ਆ ਹਾਂ, ਜਾਂਦਾ, ਨਾ ਕੇ ਅੰਦਰ। ਹਾਂ ਬਿਲਕੁਲ, ਸੁੱਚਾ ਹੋ ਕਰ। ਠੀਕ ਹੈ, ਠੀਕ 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 ਤੇ ਇਸ ਬੰਦੇ ਘਰੇ ਆ ਜਾਓ ਤੁਸੀਂ ਸਾਡੀ, ਹੈਂ, ਮੈਂ ਘਰੇ ਆ ਜਾਓ ਤੁਸੀਂ ਸਾਡੀ ਇਸ ਬੰਦੇ। ਕੋਈ ਨਹੀਂ, ਆ ਜੂ ਪੱਕਾ, ਆ ਜੂ, ਕੋਈ ਚੱਕਰ ਨਹੀਂ। ਚਾਹ ਪਾਣੀ ਇਸ ਤਰ੍ਹਾਂ ਰੱਖ ਲਾ ਤੈਨੂੰ ਵੀ ਤੁਹਾਡਾ, ਹੈਂ, ਚਾਹ ਪਾਣੀ ਤੇਰੀ ਮਰਜ਼ੀ ਹੈ, ਚਾਹ ਪਾਣੀ ਮੇਰਾ ਕੋ ਜਵਾਬ ਹੁੰਦਾ ਇਹ ਜਿਹਾ, ਤੈਨੂੰ ਪਤਾ ਮੇਰੀ ਨੇਚਰ ਹੀ ਨਹੀਂ। ਅੱਛਾ, ਤੇ ਹਾਂ ਕੌਣ ਕੌਣ ਆਊ ਭਾਈ ਤੁਸੀਂ? ਮੈਂ ਤੇ ਸੰਦੀਪ, ਇੱਕ ਜਣਾ ਹੋਰ ਹੋਊਗਾ। ਚਲੋ ਠੀਕ ਹੈ, ਸਵੇਰ ਦਾ ਨਾਸ਼ਤਾ ਇੱਥੇ ਕਰ ਲਿਓ ਸਵੇਰੇ, ਹੈਂ, ਹਾਂ ਠੀਕ ਹੈ, ਠੀਕ ਹੈ, ਮਿਲੀ ਕੇ ਕਰ ਲਿਓ, ਓਕੇ ਓਕੇ। ਠੀਕ ਹੈ ਭਾਜੀ। ਭਾਜੀ ਮੈਂ ਨਾ ਹਸਪਤਾਲ 'ਚ, ਮੇਰੇ ਅੰਕਲ ਦਾਖਲ ਹੈਗੇ ਆ ਉੱਥੇ ਹਸਪਤਾਲ 'ਚ। ਕੋਈ ਨਹੀਂ, ਮੈਂ ਤੈਨੂੰ ਇੱਕ ਚੀਜ਼ ਦੱਸ ਦਿਆਂ, ਮੈਂ ਡਰਨ ਦੀ ਲੋੜ, ਘਬਰਾਉਣ ਦੀ ਲੋੜ ਨਹੀਂ। ਤੇਰਾ ਜੋ ਕੋਰਟ ਦਾ ਖਰਚਾ ਹੋਊਗਾ, ਵਕੀਲ ਹੋਊਗਾ, ਮੇਰਾ ਹੋਊਗਾ ਜੇ ਬਾਈ ਵੇ ਪਰਚਾ ਕਰਦੇ ਆ। ਨਹੀਂ ਨਹੀਂ ਕੋਈ ਗੱਲ ਨਹੀਂ, ਆਪਾਂ ਕੱਲ੍ਹ ਵੈਸੇ ਬਣਾਉਣਾ, ਆਪਾਂ ਗਲਤ ਕੰਮ ਨਹੀਂ ਕੀਤਾ। ਹਾਂ ਨਹੀਂ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ, ਐਂ ਖੜੂੰਗਾ, ਹਾਂਜੀ ਭਰਾਵਾਂ ਵਾਂਗੂ ਨਾਲ ਤੇਰੇ। ਠੀਕ ਹੈ, ਠੀਕ, ਹਾਂਜੀ ਹਾਂਜੀ। ਭਾਜੀ ਹਾਂਜੀ, ਕੀ ਹਾਲ ਹੈ? ਵਧੀਆ ਭਾਜੀ, ਆਪਣਾ ਤੇਰਾ ਪਲਗ ਰਹੀ ਤਰ ਕੋਈ, ਆਹੋ ਸਰਪੰਚ ਜੀ ਦਾ ਨੰਬਰ ਹੈਗਾ ਤੇਰੇ ਕੋਲ? ਨਹੀਂ, ਉਹਨਾਂ ਨੰਬਰ ਨਹੀਂ ਹੈ ਜੀ ਮੇਰੇ ਕੋਲੇ। ਹੈਂ, ਜੇ ਨੇੜੇ ਆਏ ਤਾਂ ਲੈ ਦੇ ਯਾਰ, ਕਿਸੇ ਨੂੰ ਦੇਖ ਲੈਂਦਾ ਮੈਂ, ਆ ਤਿਆਰ ਹੋ ਕੇ ਜਾਣ ਲੱਗਿਆ ਸੀਗਾ, ਜੇ ਹੋ ਤਾਂ ਮੈਂ ਦੇਖ ਇੱਥੇ ਨਾਲ ਹੀ ਆ ਯਾਰ, ਅਸੀਂ ਰਣ ਕੇ। ਹਾਂ ਮੈਂ ਦੇਖ ਲੈਂਦਾ ਭਾਜੀ। ਹੈਂ, ਉਹ ਅਸੀਂ ਨਾ ਸਾਈਨ ਕਰਾਉਣੇ ਸੀ ਵਕੀਲ ਦੇ, ਵੀ ਕਿਵੇਂ ਕਰਨਾ। ਹਾਂਜੀ, ਉਹਦੇ ਵਕੀਲ ਦੇ ਸਾਈਨ ਕਰਾਉਣੇ ਸੀਗੇ ਵਕਾਲਤਨਾਮੇ ਤੇ। ਠੀਕ ਹੈ, ਉਹ ਪੁੱਛਦੇ ਨੇ। ਹੈਂ, ਪੁੱਛੀ ਮੇਰੇ ਕਰਾਈ ਦੇ ਨੰਬਰ ਮੈਂ। ਠੀਕ, ਹਾਂਜੀ ਭਾਜੀ। ਹਾਂਜੀ ਖਾਨ, ਕਿਵੇਂ ਆ? ਵਧੀਆ ਜੀ, ਵਧੀਆ, ਤੁਸੀਂ ਸੁਣਾਓ? ਕੀ ਗੱਲ ਹੋਈ ਸੀ, ਕੌਣ ਆਏ ਸੀ? ਉਹ ਹੀ ਆਏ ਸੀ ਬਾਬਾ ਹਰਦੀਪ ਔਰ ਤਲਮੁੰਡੀ ਸਾਹਿਬ ਤੋਂ, ਗੁਰਦੁਆਰਾ ਸਾਹਿਬ ਤੋਂ। ਤਾਂ ਬਾਬਾ ਹਰਦੀਪ ਧਰਮਪੁਰੇ ਦਾ? ਹਾਂ, ਮਿਰਾਜ ਵਾਲੇ ਇੱਕ ਤਾਂ ਉਹ ਸੀਗੇ, ਇੱਕ ਤਲਮੁੰਡੀ ਸਾਹਿਬ ਤੋਂ ਐਕਸ਼ਨ ਕਮੇਟੀ ਆਈ ਸੀਗੀ। ਹਾਂ, ਉਹ ਆਏ ਸੀਗੇ ਸ਼੍ਰੋਮਣੀ ਕਮੇਟੀ। ਹਾਂ, ਤਲਮੁੰਡੀ ਸਾਹਿਬ ਤੋਂ ਹੈਗੀ ਕੋਈ ਅਕਾਲੀ ਦਲ ਦੀ, ਸੀ ਜਥੇਦਾਰ ਜੀ, ਕੀ ਨਾਂ ਸੀ ਉਹਦਾ? ਨਾਂ ਨਹੀਂ ਪਤਾ ਜੀ, ਦੋ ਸਰਦਾਰ ਜੀ ਸੀਗੇ। ਅੱਛਾ, ਕੀ ਨਾਂ ਸੀ? ਨਾਂ ਨਹੀਂ ਪਤਾ ਵੀ ਸੀ। ਅੱਛਾ, ਕੀ ਆਦੇ ਸੀ? ਬਸ ਉਹ ਪੁੱਛਦੇ ਕਹਿੰਦੇ ਕਾਕਾ ਤੇਰੇ ਬਿਆਨ ਦੇ, ਹਾਂ ਵੀ ਕਿਵੇਂ ਤੈਨੂੰ ਪਤਾ ਲੱਗਿਆ ਕੀ ਗੱਲ ਸੀ। ਹਾਂ, ਬਸ ਫਿਰ ਮੈਂ ਕਿਹਾ ਯਾ ਗੱਲਬਾਤ ਹੋਈ ਸੀ, ਮੈਂ ਕਿਹਾ ਹਾਂ, ਤੇ ਮੈਂ ਕਿਹਾ ਮੈਨੂੰ ਚੈਨਲ ਤੋਂ ਫੋਨ ਆਇਆ ਸੀ ਵੀ ਤੇ ਇੰਚਾਰਜ ਦਾ ਮੈਨੂੰ। ਹਾਂ ਬਸ, ਅੱਛਾ, ਓਕੇ। ਨਹੀਂ, ਮੇਰੇ ਬਾਰੇ ਕੀ ਪੁੱਛਦੇ ਸੀ, ਕੀ ਰੋਲ ਆ? ਨਹੀਂ ਕਹਿੰਦੇ ਵੀ ਤੂੰ ਰਜਾਣਾ ਹੈ ਗੱਡੀ 'ਚ, ਮੈਂ ਕਿਹਾ ਮੈਂ ਨਾਲ ਨਹੀਂ ਆਇਆ ਸੀ, ਉਹ ਆਪ ਹੀ ਹਟ ਆਏ ਸੀਗੇ। ਹਾਂ, ਮੈਂ ਕਿਹਾ ਉਹਨਾਂ ਨੇ ਅਰਦਾਸ ਦੀ ਵੀਡੀਓ ਪਾਈ ਸੀ ਮੇਰੇ ਇੰਚਾਰਜ ਨੂੰ, ਨੂੰ ਸੂਰਜ ਭਾਨ ਜੀ ਨੂੰ। ਹਾਂ, ਤੇ ਬਸ ਮੈਂ ਕਿਹਾ ਉਹਨਾਂ ਨੇ ਸਾਨੂੰ, ਮੈਂ ਕਿਹਾ ਸਾਨੂੰ ਵੀ ਪਤਾ ਬਾਬਾ ਜੀ ਇਹ ਬੋਲ ਜਾਣਗੇ, ਤੁਹਾਨੂੰ ਤਾਂ ਪਤਾ ਨਹੀਂ ਸੀਗਾ ਮੈਂ ਕਿਹਾ। ਹਾਂ, ਤੇ ਮੈਂ ਕਿਹਾ ਬਾਬਾ ਜੀ ਨੂੰ ਅਸੀਂ ਬਾਹਰ ਜਾ ਕੇ ਸਮਝਾਇਆ, ਬਸ ਆ ਮੈਂ ਬਿਆਨ ਨੋਟ ਕਰਾਇਆ ਆ ਕੇ। ਅੱਛਾ, ਹਾਂ ਓਕੇ ਓਕੇ, ਠੀਕ ਹੈ ਜੀ। ਨਹੀਂ, ਅਰਦਾਸ ਤਾਂ ਬਾਬੇ ਨੇ ਆਪਣੇ ਆਪ ਕੀਤੀ ਆ, ਉੱਥੇ ਕਿਹੜਾ ਉਹ ਹੁਣ ਵੀ ਆ ਬਿਆਨ ਦੇਈ ਜਾਂਦਾ ਵੀ ਮੈਂ ਆਪਣੇ ਕੋਲ। ਹਾਂ ਹਾਂ ਜੀ, ਹਾਂ ਮੈਂ ਹੀ ਕਿਹਾ, ਮੈਂ ਕਿਹਾ ਸਾਨੂੰ ਤਾਂ ਪਤਾ ਨਹੀਂ ਸੀਗਾ, ਅਸੀਂ ਤਾਂ ਬਿਮਾਰੀ ਕਰਕੇ ਆਏ ਸੀਗੇ, ਤੇ ਬਿਮਾਰੀ ਕਰਕੇ ਅਰਦਾਸ ਕਰਨੀ ਹੈ ਵੀ ਇੱਕ ਮੋਦੀ ਸਿਹਤ ਵਧੀਆ ਰਹੇ, ਉਹਦੀ ਅਰਦਾਸ ਕਰਦੀ ਬਾਬੇ ਨੇ। ਹਾਂ, ਮੈਂ ਸਾਨੂੰ ਪਤਾ ਨਹੀਂ ਸੀਗਾ ਜੀ ਇਹ ਵਿੱਚ ਕੀ ਅਰਦਾਸ ਕਰ ਜੂਗਾ ਜੀ। ਹਾਂ, ਬਸ ਆ ਬਿਆਨ ਦਰਜ ਕਰਤੇ ਮੈਂ। ਅੱਛਾ ਅੱਛਾ, ਹਾਂਜੀ।